ਆਪਾਂ ਪਤਾ ਕੀ ਕੀਤਾ ਸੀ? ਹਾਂਜੀ, ਬੱਸ ਆਈ ਸੀ ਅੰਮ੍ਰਿਤਸਰੋਂ, ਹਾਂਜੀ, ਖੇਮਗਨ ਜਾਣੀ ਸੀ। ਹਾਂਜੀ, ਉਮਰਕੋਟ ਬੱਸ ਉਤਰਦੇ ਖਤਰੀ ਵੱਢਣ ਸ਼ੁਰੂ ਕਰਤੇ, ਵਲਟੋਏ ਨੇ ਤੇ ਜਿੰਨੀਆਂ ਦੁਕਾਨਾਂ ਵਾਲੇ ਦੁਕਾਨਾਂ ਵਾਲੇ ਛੱਡ ਕੇ ਖੱਤਰੀ ਭੱਜ ਗਿਆ, ਰਾਹ ਸਾਰੀ ਖੁੱਲ੍ਹ ਕਰ ਰਹੀਆਂ ਦੁਕਾਨਾਂ। ਵਿਰਸਾ ਵਲਟੋਆ ਜਿਹੜਾ ਹੈ, ਜਦੋਂ ਕੋਈ ਰੈਲੀ ਕਰਦਾ ਲੋਕਾਂ ਤੋਂ ਪੈਸੇ ਮੰਗਦਾ, ਪਿਛਲੀ ਵਾਰ ਵੋਟਾਂ ਪਈਆਂ ਤੇ ਉਹਨੇ ਸਾਰਿਆਂ ਤੋਂ 10,000 ਰੁਪਈਆ ਇਕੱਠਾ ਕੀਤਾ ਤੇ ਅਸੀਂ ਆਹਨੇ ਵੀ ਨਾਲੇ ਤਾਂ ਵੋਟਾਂ ਦੇਣੀਆਂ ਤੇ ਨਾਲੇ ਪੈਸੇ ਦੇਣੇ ਆ, ਕਿ ਕਿੱਧਰ ਦੀ ਗੱਲ, ਪੈਸੇ ਮੰਗਦਾ ਉਹ। ਲੋਕੀ ਥੋੜਾ ਜਿਹਾ ਤਾਸਾ ਜਿਹੜਾ ਸੀ, ਇਹ ਲੜਾਈ ਝਗੜਾ ਕਰਾਉਂਦਾ ਸੀ ਤੇ ਮੁੜ ਕੇ ਹਾਂ ਵੀ ਰਾਜੀਨਾਮਾ ਕਰਾਉਂਦਾ ਸੀ। ਇਹ ਧੋਨੇ ਨੇ ਇਹ ਕੰਮ ਨਹੀਂ ਕਰਾਇਆ। 7 ਕਿੱਲੇ ਸੀ, 1 ਇਹਨਾਂ ਦਾ ਛੜਾ ਸੀ, ਬੁੱਢਾ ਉਹਨੂੰ ਮਾਰਿਆ 7, ਉਹ ਲਈ 15 ਹੋ ਗਈ, 5-5 ਆ ਗਈ। ਇਹੋ ਜਿਹੇ ਨੌਜਵਾਨ ਪੀੜ੍ਹੀ ਹੈ ਨਾ ਜਿਹੜੀ, ਉਹ ਸਾਰੀ ਅੰਮ੍ਰਿਤਪਾਲ ਮਗਰਿਆ। ਕਾਰਨ ਕੀ ਸਮਝਦੇ ਆ ਤੁਸੀਂ? ਕਾਰਨ ਉਹ ਸਿਰਫ ਇਹੋ ਹੀ ਆਉਂਦੇ ਵੀ ਉਹਨੂੰ ਨਜਾਇਜ਼ ਜੇਲ੍ਹ 'ਚ ਤੱਕ ਧੱਕਿਆ, ਉਹਨੂੰ ਬਾਹਰ ਕਢਾਈਏ। ਬਾਹਰ ਕਢਾਉਣ ਦਾ ਹੋਰ ਕੋਈ ਕਾਰਨ ਨਹੀਂ। ਜਿਹੜਾ ਜੋ ਗੁੰਡਾਗਰਦੀ ਆ ਸਰਕਾਰਾਂ ਪਹਿਲੀਆਂ ਕਰਾਈਆਂ, ਹੁਣ ਭਗਵੰਤ ਮਾਨ ਤੇ ਇਲਜ਼ਾਮ ਲਜਾਈ ਜਾਂਦੇ ਜਿਹੜੇ ਗੈਂਸਰ ਆ, ਇਹ ਭਗਵੰਤ ਮਾਨ ਨੇ ਤਾਂ ਕਰ ਨਹੀਂ ਦਿੱਤੇ, ਪਹਿਲਾਂ ਦੇ ਬਣੇ ਆ। ਹੁਣ ਸ਼ਰੇ ਆਮ ਜੋ ਪੈਸੇ ਮੰਗਣ ਡੇ ਵੇ, ਲੋਕ ਆਖਣ ਡੇ ਵੇ ਵੀ ਇਹ ਜਿਹੜਾ ਪੈਸਾ ਜਿਹੜਾ ਵੀ ਅਸੀਂ ਕਿੱਥੋਂ ਦਈਏ, ਜੇ ਨਹੀਂ ਦਿੰਦੇ ਤਾਂ ਮਾਰ ਕਰਦੇ ਆ। ਬਣੇ ਤਾਂ ਪਹਿਲਾਂ ਤੇ ਜਾਣਾ। ਇਹਨਾਂ ਪਤਾ ਕੀ ਕੀਤਾ ਸੀ? ਹਾਂਜੀ, ਬੱਸ ਆਈ ਸੀ ਅੰਮ੍ਰਿਤਸਰੋਂ, ਹਾਂਜੀ, ਖੇਮਗਨ ਜਾਣੀ ਸੀ, ਹਾਂਜੀ, ਉਮਰਕੋਟ ਬੱਸ ਉਤਰਦੇ ਖੱਤਰੀ ਵੱਢਣ ਸ਼ੁਰੂ ਕਰਤੇ, ਵਲਟੋਏ ਨੇ ਤੇ ਜਿੰਨੀਆਂ ਦੁਕਾਨਾਂ ਵਾਲੇ ਦੁਕਾਨਾਂ ਵਾਲੇ ਛੱਡ ਕੇ ਖੱਤਰੀ ਭੱਜ ਗਿਆ, ਰਾਹ ਸਾਰੀ ਖੁੱਲ੍ਹ ਕਰ ਰਹੀਆਂ ਦੁਕਾਨਾਂ। ਇਹੋ ਜਿਹੇ ਹਾਲਾਤ ਸੀ ਇਹਦੇ। ਮੁੜ ਕੇ ਚਲੋ ਸਿਆਸਤ 'ਚ ਆ ਗਿਆ ਬਾਦ, ਇਹ ਬਾਦਲ ਜਿਹੜਾ ਸੀ ਇਹਨੂੰ ਜਿਤਾ ਗਿਆ, ਇਹ MLA ਜਿਹੜਾ ਸੀ ਨਾ ਵਲਟੋਏ ਦਾ ਹੀ ਖਲੋਤਾ ਸੀ ਕਾਮਰੇਡ, ਉਹ ਗਿਆ ਮਾਰਾ, ਇਹ ਸੀਟ ਪਿੱਛੇ ਚਲੀ ਗਈ। ਫਿਰ ਛੰਨੇ ਜਾਂ MLA ਸੀ ਸਾਰੇ ਬਾਦਲ ਨੇ ਆਹ ਪੈਸੇ ਲਿਆ, ਉਹ ਇੱਕ ਘਰੋਂ ਕਮਜ਼ੋਰ ਸੀ ਪਹਿਲਾਂ ਤੇ ਹੁਣ ਤਾਂ ਪੈਸਾ ਵਾਧੂ ਹੋ ਗਿਆ ਉਹਦੇ ਕੋਲ, ਪੈਸਾ ਕਮਾ। ਦੂਜੇ ਭਰਾ ਤਾਂ ਹਜੇ ਵੀ ਪਿੰਡ 'ਚ ਰਹਿ ਗਏ ਤੇ ਉਸੇ ਤਰੀਕੇ ਨਾਲ ਉਹਨਾਂ ਦੇ ਪਿੰਡੋਂ ਆਇਆ, ਉਹਦੇ 7 ਕਿੱਲੇ ਜ਼ਮੀਨ ਆ ਵਲਟੋਏ ਦੇ ਪਰਿਵਾਰ ਕੋਲੇ, ਜਿਹੜੀ ਪਿਛੋਕੜ ਇਹਨਾਂ ਦਾ 7 ਕਿੱਲੇ ਸੀ, 1 ਇਹਨਾਂ ਦਾ ਛੜਾ ਸੀ, ਬੁੱਢਾ ਉਹਨੂੰ ਮਾਰਿਆ 7, ਉਹ ਲਈ 15 ਹੋ ਗਈ, 5-5 ਆ ਗਈ। ਇਹੋ ਜਿਹੇ ਹੁਣ ਤਾਂ ਉਹ ਪਿੰਡ 'ਚ ਨਹੀਂ ਰਹਿੰਦੇ। ਨਹੀਂ ਰਹਿੰਦੇ ਤਾਂ ਪਿੰਡ 'ਚ ਹੀ ਹੋਣਗੇ ਸੈਂ ਦਾ। ਨਹੀਂ, ਵਿਰਸਾ ਸਿੰਘ ਵਲਟੋਆ ਦੇ, ਉਹ ਤਾਂ ਅੰਬਰਸਰ, ਉਹ ਤਾਂ ਅੰਬਰਸਰ ਰਹਿੰਦਾ ਹੈ, ਭਵਨ ਬਣਾਇਆ ਉਹਨੇ ਅੰਬਰਕੋਟ ਪਰਾਂ, ਜਦੋਂ ਉਹਨੇ ਆਉਣਾ ਅੰਬਰ ਉੱਥੇ ਉਹ ਭਵਨ 'ਚ ਆਉਣਾ, ਪਿੰਡ 'ਚ ਨਹੀਂ ਆਉਣਾ। ਉਹ ਜੀ ਗੱਲ ਆ, ਇਹ ਮੰਤਰੀਆਂ ਦਾ ਵੇਖਦਾ ਤੇ ਗਾੜੀ ਪੁਲਿਸ ਜਿਹੜੀ ਆ ਉਹ ਰਲੀ ਆ, ਪੁਲਿਸ ਜਿਹੜੀ ਆ ਪੈਸੇ ਲੈ ਕੇ ਛੱਡ ਦਿੰਦੀ ਆ ਜਾਂ ਪੁਲਿਸ ਵਿਕਾਉਣ ਡਈ ਆ। ਪੁਲਿਸ ਚਾਹਵੇ 8 ਦਿਨਾਂ ਦੇ ਵਿੱਚ ਨਸ਼ਾ ਬੰਦ ਹੋ ਸਕਦਾ। ਪੁਲਿਸ ਜਿਹੜੀ ਆ ਪੁਲਿਸ ਰਲੀ ਆ, ਪੁਲਿਸ ਲੈਂਦੀ ਆ ਪੈਸੇ, ਜਿਹਨੂੰ ਉਹਨੂੰ ਲੱਖਾਂ ਰੁਪਈਆ ਮਿਲ ਜਾਣਾ, ਉਹਨਾਂ ਨੂੰ ਕੀ ਲੋੜ ਫੜਨ ਦੀ? ਜੇ ਫੜ ਲੈਂਦੇ ਤੇ ਉਹ ਤਰੀਕ ਤੇ 3 ਮਹੀਨੇ ਬਾਹਰ ਬੰਦਾ ਆ ਜਾਂਦਾ। ਆਮ ਲੋਕ ਇਹ ਵੀ ਆਵਾਜ਼ ਚਾਉਂਦੇ ਆਂਦੇ ਵੀ ਜਿਹੜਾ ਦੂਜਾ ਰਵਾਇਤੀ ਨਸ਼ਾ ਪੋਸਤ ਭੁੱਕੀ ਉਹ ਖੋਲ੍ਹੇ, ਤੁਹਾਨੂੰ ਲੱਗਦਾ ਵੀ ਉਹਦੇ ਜੇ ਉਹਦੇ ਠੇਕੇ ਖੋਲ੍ਹ ਦੇਣ ਉਹਦੇ ਨਾਲ ਨਸ਼ੇ 'ਤੇ ਕੰਟਰੋਲ ਹੋ ਜੂ? ਫੀਮ ਦਾ ਜੇ ਠੇਕੇ ਖੋਲ੍ਹ ਦੇਣ ਨਾ ਤੇ ਆ ਚਿੱਟਾ ਵਿਗਣੋ ਅੜ ਜੇ, ਕੋਈ ਜਿਹੜਾ ਅਮਲੀ ਆ ਚਲੋ ਉੱਥੋਂ ਠੇਕੇ ਤੋਂ ਜਾ ਕੇ ਖਾ ਲਊਗਾ। ਹਾਂ, ਚੱਕਰ ਆ। ਹਾਂਜੀ, ਅੰਮ੍ਰਿਤਪਾਲ ਦੇ ਘਰ ਗਿਆ ਵਿਰਸਾ ਵਲਟੋਆ ਵੀ ਮੇਰੀ ਮਤ ਕਰੋ। ਹਾਂਜੀ ਹਾਂਜੀ, ਉਹਨਾਂ ਮਤ ਨਹੀਂ ਕੀਤੀ, ਉਹ ਆਪ ਖਲੋ ਗਏ ਆ। ਹੁਣ ਉਹ ਤੇ ਤਾਂ ਕਰਕੇ ਲੱਗਦਾ ਬਈ, ਲੱਗਦਾ ਮੈਂ ਤੁਹਾਡੇ ਨਾਲ ਆ, ਤੁਹਾਡੇ ਪਰਿਵਾਰ ਦੇ ਨਾਲ ਆ। ਹੈਂ, ਧੱਕਾ ਕੀਤਾ ਤੇ ਹੁਣ ਉਹਦਾ ਨਿਕਲ ਨਹੀਂ ਦੇਣਾ, ਇਹ ਕਿੱਧਰ ਦੀ ਗੱਲ ਹੋਈ?